इन्होंने पार्टियां कांग्रेस वाले दूजा चाहिए कि उन्होंने भी मौका दिता जाए और बहुत सारे 25-25, 30-40 सौ तो सालों तो कांग्रेस परिवार पार्टी लिए काम कर रहे हैं। जिवें आम आदमी पार्टी ने एक आम घर चो टिकट दे के इन्हों अजमाइश कर लेनी चाहिए है। हलका डेरा बाबा नानक तो आम आदमी पार्टी की चोण लड़ रहे कुलदीप सिंह रंधावा के दफ्तर मौजूद है जिथों के इन्हों की कंपेनिंग शुरू होंगी है। तो गलबात करते हैं कुलदीप सिंह रंधावा की, उन्होंने किस तरह की जी कंपेनिंग है वो चल रही है, तो आने वाले दिनों में वो किस तरह जी कंपेनिंग है उस विच तेजी आएगी। दिवाली ना जी, दिवाली तो अज अगला दिन शुरू हो गया जी, तो ये किस तरह की तेजी आ रही थी मीटिंग से या कंपेनिंग? जिहड़ी साडी पार्टी आ कमांड ने जिहड़े MLA साहबान जां ओह चेयरमैन साहबान दी ड्यूटी लगा सी, पर दिवाली नूं करके थोड़ा जिहा हर बंदे नूं जिहड़े घर च दिवाली मनाई जाए। अज्ज सारियां टीमां जिहड़ियां ओह डेरा बाबा नानक च पहुँच रहीआं और पार्टी ने जिन्ना सिस्टम बनाया जिन्ने जिन्ने पिंड जिहड़े जिहड़े लीडर नूं मिले ने ਉਹ ਲੀਡਰ ਉਸ ਪਿੰਡ 'ਚ ਜਾ ਕੇ ਵਰਕ ਕਰੂਗਾ। ਬੂਥ ਵਾਈਜ਼ ਜਿਹੜੇ ਆ ਪਾਰਟੀ ਨੇ ਉਹਨਾਂ ਨੂੰ ਡਿਊਟੀਆਂ ਲਾਈਆਂ ਔਰ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿ ਉਹ ਪਿੰਡਾਂ 'ਚੋਂ ਜਿਤਾਉਣਗੇ ਜ਼ਰੂਰ। ਤਾਂ ਲੋਕਾਂ 'ਚ ਬੜਾ ਉਤਸ਼ਾਹ ਵਾ ਆਮ ਆਦਮੀ ਪਾਰਟੀ ਨੂੰ ਲੈ ਕੇ, ਮੇਰੇ ਖਿਆਲ ਬਹੁਤ ਵਧੀਆ ਰਿਜ਼ਲਟ ਜਿਹੜਾ ਆਮ ਆਦਮੀ ਪਾਰਟੀ ਦਾ ਬਣਦਾ। ਸੀ ਐਮ ਸਾਹਿਬ ਵੀ ਆ ਰਹੇ ਜੀ ਕੱਲ੍ਹ 3 ਤਰੀਕ ਨੂੰ ਲਗਭਗ 2 ਵਜੇ, 1 ਤੋਂ 2 ਵਜੇ ਦਾ ਟਾਈਮ ਸੈੱਟ ਹੈ। ਕੱਲ੍ਹ ਕਲਾਨੌਰ ਬਾਬਾ ਕਾਰਜ ਸਟੇਡੀਅਮ ਸੀ ਐਮ ਸਾਹਿਬ ਤੋਂ ਇਲਾਵਾ ਵੀ ਆਪਣੇ ਮਿਨਿਸਟਰ ਸਾਹਿਬਾਨ ਹੋਣਗੇ, MLA ਸਾਹਿਬਾਨ ਹੋਣਗੇ, CM ਹੋਣਗੇ। ਇਹਦੇ ਬਾਰੇ ਜੇ ਦਿੱਲੀ ਵੱਲੋਂ ਕੋਈ ਨੀਮ ਚਲਾਈ ਹੋ ਸਕਦਾ ਆਪ ਜਾਣ ਬਰਾਦਰ ਇਸ ਟਾਈਮ ਤੱਕ ਜੇ ਕੋਈ ਆ। ਦੇਖੋ ਜੀ, ਪਰਿਵਾਰਵਾਦ ਦਾ ਬੜਾ ਵੱਡਾ ਮੁੱਦਾ ਹੈ ਲੋਕਾਂ ਨੂੰ, ਇਹਨਾਂ ਪਾਰਟੀਆਂ ਨੂੰ, ਕਾਂਗਰਸ ਵਾਲਿਆਂ ਨੂੰ ਜਾਂ ਦੂਜਿਆਂ ਨੂੰ ਚਾਹੀਦਾ ਕਿ ਉਹਨਾਂ ਨੂੰ ਵੀ ਮੌਕਾ ਦਿੱਤਾ ਜਾਏ ਔਰ ਬਹੁਤ ਸਾਰੇ 25-25, 30-30, 40-40 ਸੌ ਤੋਂ ਸਾਲਾਂ ਤੋਂ ਕਾਂਗਰਸੀ ਪਰਿਵਾਰ ਪਾਰਟੀ ਲਈ ਕੰਮ ਕਰ ਰਹੇ ਨੇ। ਜਿਵੇਂ ਆਮ ਆਦਮੀ ਪਾਰਟੀ ਨੇ ਇੱਕ ਆਮ ਘਰ 'ਚੋਂ ਟਿਕਟ ਦੇ ਕੇ ਇਹਨਾਂ ਨੂੰ ਅਜਮਾਇਸ਼ ਕਰ ਲੈਣੀ ਚਾਹੀਦੀ ਹੈ, ਪਰ ਜਿਹੜੀ ਚੀਜ਼ ਇਹਨਾਂ ਨੇ ਆਮ ਕਾਂਗਰਸ ਵਾਲਿਆਂ ਸੋਚੀ ਆ ਕਿ ਪਰਿਵਾਰਵਾਦ 'ਚ ਟਿਕਟ ਦਿੱਤੇ ਤਾਂ ਸਟਰੋਂਗ ਪਰਿਵਾਰ ਆ, ਟਿਕਟ ਨਿਕਲ ਜਾਏਗੀ, ਐਸੀ ਕੋਈ ਗੱਲ ਨਹੀਂ। ਲੋਕਾਂ ਨੇ ਇਸ ਵਾਰ ਪਰਿਵਾਰਵਾਦ ਨੂੰ ਖਤਮ ਕਰਨਾ। ਨਾ ਸਾਹਿਬ, ਮੇਨ ਫੈਕਟਰ ਚੱਲ ਰਿਹਾ ਤੁਹਾਡੇ ਆਮ ਆਦਮੀ ਪਾਰਟੀ 'ਚ ਅਤੇ ਕਾਂਗਰਸ ਵਿੱਚ ਵੀ, ਅਕਾਲੀ ਦਲ ਦੀ ਜਾਂ BJP 'ਚ ਵੀ, ਅਕਾਲੀ ਦਲ ਵੋਟ ਜਿਹੜਾ ਮੇਨ ਡਿਸੀਜਨ ਮੇਕਰ ਹੋਏ ਹਨ, ਤੁਹਾਨੂੰ ਕੀ ਲੱਗਦਾ ਵੀ ਅਕਾਲੀ ਦਲ ਵੋਟ ਕਿੱਥੇ ਜਾਏਗਾ ਜੀ? ਦੇਖੋ, ਜਿਹੜੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵਧੀਆ ਪਾਰਟੀ, ਖੇਤਰੀ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ। ਪਾਰਟੀ ਦਾ ਇੱਕ ਆਪਣਾ ਫੈਸਲਾ ਵਾ ਕਿ ਇਸ ਵਾਰੀ ਉਹਨਾਂ ਬਾਈਕਾਟ ਕੀਤਾ। ਵੋਟ ਦਾ ਇਸਤੇਮਾਲ ਤਾਂ ਹਰ ਇੱਕ ਬੰਦੇ ਨੇ ਕਰਨਾ, ਪਰ ਜਿੰਨੀ ਮੈਂ ਸਮਝ ਰੱਖਣਾ ਕਿ ਅਕਾਲੀ ਦਲ ਨੇ ਕਦੀ ਵੀ ਕਾਂਗਰਸ ਨੂੰ, BJP ਨੂੰ ਵੋਟ ਨਹੀਂ ਪਾਉਂਦਾ ਜਿਹੜਾ ਵਰਕਰ ਆ ਗਰਾਊਂਡ 'ਤੇ ਕੰਮ ਕਰਦਾ। ਉਹਨਾਂ ਨੂੰ ਅਜੇ ਪੁਰਾਣਾ ਸਮਾਂ ਉਹ ਨਹੀਂ ਭੁੱਲਿਆ ਜਿਹੜਾ 84 ਦਾ ਅਟੈਕ, ਜੇ ਅਕਾਲੀ 40 ਚਾਲੀਆਂ ਵਰੇਗੰਢ ਜਿਹੜੀ ਉਹ ਲੰਘੀ ਹੈ, ਜਦੋਂ ਕਤਲੇਆਮ 'ਚ ਅਤੇ ਦਿੱਲੀ 84 'ਚ ਕਤਲੇਆਮ ਹੋਏ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਮੁੱਖ ਰੱਖ ਕੇ ਜਿਹੜਾ ਵੋਟਰ ਵੋਟ ਪਾਉਂਦਾ।